ਹਾਂਜੀ ਆਹ ਵੀਡੀਓਜ਼ ਮੈਂ ਤੁਹਾਨੂੰ ਕਾਲਵਾ ਪਿੰਡ ਦੀਆਂ ਦਿਖਾਉਣ ਜਾ ਰਹੀਆਂ ਜਿੱਥੇ ਤੁਸੀਂ ਵੇਖ ਰਹੇ ਹੋਵੋਗੇ ਕਿ ਕਿੰਨੇ ਸੜਕਾਂ ਦੇ ਉੱਤੋਂ ਦੀ ਹੋ ਕੇ ਪਾਣੀ ਚੱਲ ਰਿਹਾ ਹੈ ਤੇ ਚਾਰਚ ਫੇਰੇ ਪਾਣੀ ਹੀ ਪਾਣੀ ਹੋਇਆ ਪਿਆ ਤੇ ਕਿ ਫਸਲਾਂ ਸਭ ਡੁੱਬੀਆਂ ਪਈਆਂ ਨੇ ਪਟਿਆਲਾ ਜ਼ਿਲ੍ਹੇ ਦੇ ਸਭ ਪਿੰਡਾਂ ਦਾ ਬੁਰਾ ਹਾਲ ਹੋਇਆ ਪਿਆ ਹੋਇਆ ਹਾਂਜੀ ਇਹ ਜਿਹੜੀ ਵੀਡੀਓ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੀਆਂ ਇਹ ਵੀਡੀਓ ਨਿੰਮ ਸਾਬ ਤੋਂ ਜਿਹੜੀ ਰੋਡ ਕੌਲੀ ਨੂੰ ਜਾਂਦੀ ਹੈ ਇਹ ਜਮੀਨ ਸਭ ਮੁਹਬਤਪੁਰ ਜਾਂ ਇਧਰ ਸੇ ਇਨਾ ਪਿੰਡਾਂ ਦੀ ਹੈ ਸ਼ੰਕਰਪੁਰ ਸੇ ਮੁਹਬਤਪੁਰ ਵਗੈਰਾ ਇਨਾ ਪਿੰਡਾਂ ਦੀ ਚਾਰਚ ਫੇਰੀ ਜਮੀਨ ਹੈ ਤੇ ਤੁਸੀਂ ਵੇਖ ਸਕਦੇ ਹੋ ਵੀ ਇੱਥੇ ਕਿਵੇਂ ਪਾਣੀ ਹੀ ਪਾਣੀ ਚਾਰਚ ਫੇਰੀ ਹੋਇਆ ਹੈ ਪਰ ਇਹ ਮੇਰੇ ਹਿਸਾਬ ਨਾਲ ਬਰਸਾਤ ਦਾ ਪਾਣੀ ਇੰਨਾ ਨਹੀਂ ਹੋ ਸਕਦਾ ਕਿਉਂਕਿ ਬਰਸਾਤ ਇੰਨੀ ਜ਼ਿਆਦਾ ਨਹੀਂ ਹੋਈ ਇਹ ਸਾਡੇ ਸਿਸਟਮ ਚ ਕਮੀਆਂ ਨੇ ਇਹ ਸਾਡੇ ਸਿਸਟਮ ਨੂੰ ਮਤਲਬ ਕਿ ਸਹੀ ਸਮੇਂ ਤੇ ਸਹੀ ਫੈਸਲੇ ਨਾ ਲੈਣ ਕਰਕੇ ਇਹ ਮਤਲਬ ਪਬਲਿਕ ਦਾ ਇੰਨਾ ਜ਼ਿਆਦਾ ਨੁਕਸਾਨ ਹੁੰਦਾ ਹੈ ਤੇ ਜਿਨ੍ਹਾਂ ਦਾ ਨੁਕਸਾਨ ਹੋ ਗਿਆ ਜਿਨ੍ਹਾਂ ਦੀਆਂ ਫਸਲਾਂ ਸਾਰੀਆਂ ਬੀਜੀਆਂ ਬਜਾਈਆਂ ਰੁੜਗੀਆਂ ਨੇ ਤੁਸੀਂ ਦੱਸੋ ਉਹਨਾਂ ਨੂੰ ਕਿੱਥੋਂ ਪੌਦ ਮਿਲੇਗੀ ਤੇ ਕਿਵੇਂ ਉਹ ਦੁਬਾਰਾ ਆਪਣੀਆਂ ਜੀਰੀਆਂ ਲਾਣਗੇ ਤੇ ਕਿਵੇਂ ਉਹਨਾਂ ਨੇ ਇੱਕ ਵਾਰ ਤੁਸੀਂ ਲਾ ਲੋ ਖਾਦਾਂ ਪਾਈਆਂ ਪੌਦ ਲਾਈਆਂ ਜੀਰੀਆਂ ਲਾਈਆਂ ਤੇ ਉਹ ਵਿਚਾਰੇ ਹੁਣ ਕਿਵੇਂ ਆਪਣਾ ਕਾਰ ਪੂਰਾ ਕਰਨਗੇ